ਕੁਝ ਕੁ ਦਿਨਾਂ ਦੀ ਸਾਗਰ ਦੀ ਵਹੁਟੀ ਹੀ ਨੈੱਟ ਤੇ ਘੁੰਮਦੀ ਫਿਰਦੀ ਹੈ, ਕਦੀ ਇੱਧਰ ਦੇਖੋ ਤੇ ਕਦੀ ਉੱਧਰ ਵੇਖੋ, ਸਾਗਰ ਦੀ ਵਹੁਟੀ ਹੀ ਇੰਡੀਕਾ ਚਲਾਉਂਦੀ ਹੋਈ ਨਜ਼ਰ ਆਉਂਦੀ ਹੈ। ਕੱਲ ਨਿਮਰਤ ਖਹਿਰਾ ਨੇ ਵੀ ਲਾਲ ਮਰੂਤੀ ਚੱਕੀ ਤੇ ਸਾਗਰ ਦੀ ਵਹੁਟੀ ਵਾਲਾ ਗਾਣਾ ਲਾ ਕੇ ਵੀਡੀਓ ਇੱਕ ਸੋਸ਼ਲ ਮੀਡੀਆ ਉੱਪਰ ਪਾਈ, ਜਿਸ ਦੀ ਕੈਪਸ਼ਨ ਵਿੱਚ ਲਿਖਿਆ ਇਮੀਡੀਏਟਲੀ ਗਲਤ ਤੇ ਇਮੀਜੀਏਟਲੀ ਡਰਾਈਵਰੀ ਸਿਖਾ। ਜਿਸ ਤੋਂ ਬਾਅਦ ਇਹ ਵਾਲੀ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਬਾਕੀ ਆਪਾਂ ਤਾਂ ਪੁਲਿਸ ਵਾਲਿਆਂ ਨੂੰ ਇੱਕ ਹੀ ਬੇਨਤੀ ਕਰਦੇ ਹਾਂ ਕਿ ਜਿੱਥੇ ਵੀ ਸਾਗਰ ਦੀ ਵਹੁਟੀ ਮਿਲੇ ਉਹਦਾ ਇੰਡੀਕਾ ਦਾ ਚਲਾਣ ਜ਼ਰੂਰ ਕੱਟੋ, ਕਿਉਂਕਿ ਹਰ ਥਾਂ 'ਤੇ ਸਾਗਰ ਦੀ ਵਹੁਟੀ ਇੰਡੀਕਾ ਭਜਾਈ ਫਿਰਦੀ ਹੈ ਤਾਂ ਸਾਰਿਆਂ ਨੂੰ ਤੰਗ ਕਰੀ ਫਿਰਦੀ ਹੈ। ਹਰ ਥਾਂ 'ਤੇ ਸਾਗਰ ਦੀ ਵਹੁਟੀ ਵਹੁਟੀ ਹੋਈ ਪਈ ਹੈ। ਨਿਮਰਤ ਖਹਿਰਾ ਨੂੰ ਵੇਖਦੇ ਹੋਏ ਬਾਣੀ ਸੰਧੂ ਕਹਿੰਦੀ ਮੈਂ ਕਿਉਂ ਪਿੱਛੇ ਰਹਿ ਜਾਂ। ਬਾਣੀ ਸੰਧੂ ਨੇ ਵੀ ਸਾਗਰ ਦੀ ਵਹੁਟੀ 'ਤੇ ਇੱਕ ਵੀਡੀਓ ਪਾ ਦਿੱਤੀ ਜਿਸ ਵਿੱਚ ਲਿਖਿਆ ਇਮੀਜੀਏਟਲੀ ਮਤਲਬ ਇਮੀਜੀਏਟਲੀ ਸਿਖਾ, ਮੈਂ ਵੀ ਇੰਡੀਕਾ ਹੀ ਚਲਾਉਣੀ ਆ। ਤੇ ਦੂਜੀ ਵੀਡੀਓ ਵਿੱਚ ਬਾਣੀ ਸੰਧੂ ਨੇ ਲਿਖਿਆ ਸਾਰੇ ਪਾਸੇ ਸਾਗਰ ਦੀ ਵਹੁਟੀ ਛਾਈ ਪਈ ਹੈ। ਬਾਕੀ ਇਹ ਗਾਣਾ 10 ਸਾਲ ਪਹਿਲਾਂ ਦਾ ਹੈ ਤੇ ਅੱਜ ਸੋਸ਼ਲ ਮੀਡੀਆ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ। ਕੀ ਤੁਸੀਂ ਵੀ ਇਹ ਗਾਣਾ ਪਹਿਲਾਂ ਕਦੇ ਸੁਣਿਆ ਸੀ ਜਾਂ ਹੁਣੀ ਵਾਇਰਲ ਹੋਣ ਤੋਂ ਸੁਣ ਰਹੇ ਹੋ? ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਿਓ ਤੇ ਐਵੇਂ ਦੀਆਂ ਹੋਰਨਾਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ। ਧੰਨਵਾਦ।